ਜਸਵੰਤ ਸਿੰਘ ਕਵਲਜੀ ਦੁਆਰਾ ਲਿਖਿਆ ਨਾਵਲ ਪੁਰਨਮਾਸ਼ੀ ਭਾਗ 11 ਗੱਡੀ ਵਾਲਿਆਂ ਦੇ ਅੜਬਤ ਖਾਣਾ ਕੁੜੀਆਂ ਨੂੰ ਮਿਲ ਲੈਣ ਦੇ ਹਰ ਕੁੜੀ ਦਾ ਆਪਣੇ ਪਿੰਡ ਦੇ ਗੱਭਰੂ ਨਾਲ ਕੀਤਾ ਪਿਆਰ ਆਖਰ ਅਧੂਰਾ ਰਹਿ ਜਾਂਦਾ ਹੈ ਭਾਵੇਂ ਸੋਹਾਂ ਤੇ ਵਰਨਾ ਦੀਆਂ ਪੀੜੀਆਂ ਗੰਡਾਂ ਨੇ ਤੋੜ ਜ਼ਿੰਦਗੀ ਨਿਭਾਉਣ ਦਾ ਇਰਾਦਾ ਬਣਾਇਆ ਹੋਵੇ ਐਨਾਈ ਇਰਾਦਿਆਂ ਨੂੰ ਬਲਵਲੇ ਜਨਮ ਦਿੰਦੇ ਹਨ ਜਿਹੜੇ ਅਲੜ ਹੋਣ ਨਾਲ ਮਾਸੂਮ ਵੀ ਹੁੰਦੇ ਨੇ ਕੁੜੀ ਦੀ ਜਵਾਨੀ ਭਾਵੇਂ ਛੱਲਾ ਪਰਦਾ ਦਰਿਆ ਹੋਵੇ ਪ੍ਰਬਾਤ ਪਕਦਾ ਹੁਸਨ ਤੇ ਕਿੰਨੇ ਹੀ ਕੋਮਲ ਤੇ ਪਵਿੱਤਰ ਅਰਮਾਨਾਂ ਦੀ ਉਹ ਮਾਲਕ ਹੋਵੇ ਉਸਦੇ ਅਹਿਸਾਸ ਦੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ ਆਖਰ ਕਲੀਆਂ ਨੂੰ ਬੱਜਰ ਪੱਥਰਾਂ ਨਾਲ ਟਕਰਾਉਣਾ ਹੁੰਦਾ ਹੈ ਸਮਾਜ ਦਾ ਪਹਾੜ ਪਾਰ ਉਹਨਾਂ ਦੀ ਮਾਸੂਮ ਕੋਮਲਤਾ ਦਰੜ ਕੇ ਅੱਗੇ ਲੰਘ ਜਾਂਦਾ ਹੈ ਮੁੜਮਾਪੇ ਆਪਣੇ ਆਪ ਚ ਇੱਕ ਜ਼ਬਰ ਹਨ ਜਿਹੜਾ ਬੱਚਿਆਂ ਤੇ ਤਰਸ ਤੇ ਉਦਾਰਤਾ ਦੀ ਸ਼ਕਲ ਵਿੱਚ ਲਾਗੂ ਕਰਦੇ ਹਨ ਕਮਜ਼ੋਰ ਤੇ ਛੋਟੇ ਵੱਡਿਆਂ ਦੇ ਹੁਕਮ ਪਾਲਣ ਲਈ ਹੁੰਦੇ ਹਨ ਸ਼ਾਮੋਂ ਦੀ ਜੰਝ ਵੀ ਕੋੜੀਆਂ ਬੋਤਿਆਂ ਤੇ ਰੱਥਾਂ ਉੱਤੇ ਸ਼ਿੰਗਾਰੀ ਆ ਗਈ ਵਾਜੇ ਵਾਲਿਆਂ ਦਾ ਬੇਸੁਰਾ ਸ਼ੋਰ ਪਿੰਡ ਦੇ ਸੁੱਤੇ ਮਾਹੌਲ ਨੂੰ ਹਲੂਣ ਰਿਹਾ ਸੀ ਗੱਬਰੂ ਜਾਨੀਆਂ ਨੇ ਜਿਨਨੇ ਤਿੱਖੀਆਂ ਤੇ ਚਲਾਕ ਘੋੜੀਆਂ ਉੱਤੇ ਸਵਾਰ ਸਨ ਪਿੰਡ ਨੂੰ ਵਲਿਆ ਘੋੜੀਆਂ ਦੇ ਗੋਡਿਆਂ ਨਾਲ ਵੱਧੀਆਂ ਚਾਂਦਰਾਂ ਦੀ ਝਣਕਾਰ ਹਿਰਦੇ ਦੇ ਆਰਮਾਨਾਂ ਨੂੰ ਤੜਪਾ ਰਹੀ ਸੀ ਨੱਚਦੀਆਂ ਘੋੜੀਆਂ ਮੁੜ ਧਰਮਸ਼ਾਲਾ ਅੱਗੇ ਆ ਕੇ ਰੁਕੀਆਂ ਜਿੱਥੇ ਪਿੰਡ ਦੀ ਪੰਚਾਇਤ ਵੀ ਜੁੜ ਖਲੋਤੀ ਸੀ ਲਾਗੀਆਂ ਨੇ ਮੰਜੇ ਡੋਣੇ ਸ਼ੁਰੂ ਕਰ ਦਿੱਤੇ ਤੇ ਕਾਮਿਆਂ ਨੇ ਸਵਾਰੀਆਂ ਨੂੰ ਫੜ ਲਿਆ ਪਿੰਡ ਦਾ ਇਕੱਠਾ ਹੀ ਜੰਜ ਨੂੰ ਦੇਖ ਰਿਹਾ ਸੀ ਜਿਸ ਚ ਦਿਆਲਾ ਵੀ ਮਸੂਮੀ ਵਟ ਖਲੋਤਾ ਸੀ ਉਸ ਨੂੰ یوں అనుਭਵ ਹੋ ਰਿਹਾ ਸੀ ਜਿਵੇਂ ਸਾਰੀ ਜੰਜ ਵਿੱਚ ਸਵਾਰੀਆਂ ਉਸ ਨੂੰ ਮਿੱਧ ਕੇ ਲੰਘ ਗਈਆਂ ਹੋਣ ਉਸ ਦਾ ਦਿਲ ਪੱਥਰ ਵਰਗਾ ਕਰੜਾ ਸੀ ਪਰ ਪਿਆਰ ਦੀ ਗਰਮੀ ਤਾਂ ਚਟਾਨਾਂ ਨੂੰ ਸਾੜ ਸੁੱਟਦੀ ਹੈ ਭਾਵੇਂ ਉਹ ਕਿੰਨਾ ਹੀ ਸਖਤ ਰੋੜ ਸੀ ਫਿਰ ਵੀ ਇੱਕ ਗੱਭਰੂ ਮਰਦ ਸੀ ਜਿਸ ਦਾ ਦਿਲ ਲਹੂ ਸੀ ਉਹ ਦੀਵੇ ਦੇ ਤੇਲ ਵਾਂਗ ਕਿਸੇ ਤਰ੍ਹਾਂ ਮਚਣੋਂ ਰਹਿ ਸਕਦਾ ਸੀ ਉਸ ਬਰੋਨੇ ਦੀ ਛੋਟੀ ਉਮਰ ਵੇਖ ਕੇ ਮਨ ਚ ਗਾਲ ਗੱਡੀ ਗੁੱਸੇ ਤੇ ਨਫ਼ਰਤ ਨਾਲ ਭਰਿਆ ਉਹ ਘਰ ਨੂੰ ਮੁੜ ਆਇਆ ਆ ਕੇ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉਸ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਤੇ ਬੁੱਲ ਜੁੜੇ ਹੋਏ ਸਨ ਪਰ ਫਿਰ ਵੀ ਉਹ ਰੋ ਰਿਹਾ ਸੀ ਉਸ ਦਾ ਅੰਦਰ ਵੱਡੀ ਦਾ ਜਾ ਰਿਹਾ ਸੀ ਉਹ ਆਪਣੇ ਜ਼ਖਮਾਂ ਤੇ ਸ਼ਰਾਬ ਦੇ ਫਹੇ ਰੱਖ ਰੱਖ ਆਰਾਮ ਲੱਭ ਰਿਹਾ ਸੀ ਉਸ ਦੇ ਬੂਹੇ ਅੱਗੇ ਖਲੋਤੀ ਨਿੰਮ ਦਾ ਬੂਰ ਪੂਰੇ ਦਿਨੇਰੀ ਤੇ ਕਦੋਂ ਦਾ ਝਾੜ ਸੁਟਿਆ ਸੀ ਸ਼ਾਮੋਂ ਦੇ ਦਿਲ ਤੇ ਵਟ ਪੈ ਪੈ ਜਾਂਦੇ ਸਨ ਕੋਈ ਯਾਦ ਕਰਨ ਦੇ ਯਤਨ ਨਾਲ ਯਾਦ ਨਹੀਂ ਆਉਂਦਾ ਤੇ ਭੁਲਾਇਆਂ ਭੁੱਲਦਾ ਨਹੀਂ ਜੋ ਸੁਤੇ ਸਿੱਦੇ ਦਿਲ ਚ ਆ ਗਿਆ ਸੋ ਦਿਲ ਨੇ ਅਪਣਾ ਲਿਆ ਜਿਸ ਦੀ ਗੁੰਜਾਇਸ਼ ਨਹੀਂ ਉਹ ਅਣਹੋਂਦ ਨੂੰ ਲੱਭ ਰਿਹਾ ਹੈ ਪਰ ਜਿਸ ਨੂੰ ਕੁਦਰਤ ਦੀ ਬਖਸ਼ਿਸ਼ ਹਸਾਉਂਦੀ ਹੈ ਉਸ ਨੂੰ ਸਮਾਜ ਤੰਗੇੜ ਰੋਣ ਲਈ ਮਜਬੂਰ ਕਰਦੀ ਹੈ ਬੇਦਰਦ ਕੈਂਚੀ ਦਿਲ ਦੇ ਬਾਗ ਦੀਆਂ ਸਦਰਾਂ ਕਲੀਆਂ ਦਾ ਕੁੱਤਾ ਕੱਟ ਸੁੱਟਦੀ ਹੈ ਤੇ ਮਨੁੱਖ ਦੀ ਗਲਤ ਕਦਰਾਂ ਇਸ ਮਾਸੂਮ ਜ਼ਿੰਦਗੀ ਨੂੰ ਪਰਚਾਉਣ ਦਾ ਯਤਨ ਕਰਦੀਆਂ ਨੇ ਜਿਵੇਂ ਦੀਵੇ ਦੀ ਲਾਟ ਪਤੰਗੇ ਦੇ ਪਰਾਂ ਨਾਲ ਪਿਆਰ ਕਰਦੀ ਹੈ ਮਾਪਿਆਂ ਦੀ ਜ਼ਿੰਦਗੀ ਬਾਰੇ ਚੋਣ ਅਤੇ ਅਕਲ ਦਾਦੇ ਪੜਦਾਦੇ ਤੋਂ ਪਰਸਪਰ ਸੰਬੰਧ ਉਸ ਘਾਸੇ ਵਿੱਚ ਦੀ ਤੁਰੀ ਆ ਰਹੀ ਹੈ ਜਿਸ ਵਿੱਚ ਦੀ ਹੋਣੀ ਦੇ ਪਈਏ ਖੁਦ ਆਪ ਮਿੱਤ ਗਏ ਹਨ ਮਨੁੱਖੀ ਸੁਭਾਅ ਵਿੱਚ ਹਕੂਮਤਾਂ ਦਾ ਜਜ਼ਬਾ ਤੇ ਖੁਦਗਰਜ਼ੀ ਦੀ ਮੈਲ ਫਿਤਰਤ ਦੀ ਰੋ ਤੱਕ ਤੂਲ ਫੜ ਗਈਆਂ ਹਨ ਮਨੁੱਖ ਨੇ ਕਦੇ ਨਹੀਂ ਸੋਚਿਆ ਉਸਦੀ ਹਾਰ ਉਸਦੇ ਬੱਚਿਆਂ ਦੀ ਜਿੱਤ ਕਿਉਂ ਨਹੀਂ ਬਣਦੀ ਵਿਆ ਤਾਂ ਅਗੋ ਸ਼ਾਮੋ ਨੇ ਦਿਯਾਲੇ ਨੂੰ ਵੀ ਨਾਸ ਜਾਣ ਦੀਆਂ ਸਲਾਹਾਂ ਦਿੱਤੀਆਂ ਸਨ ਪਰ ਸ਼ਾਮੋ ਹੌਸਲਾ ਨਾ ਕਰ ਸਕੀ ਤੇ ਸਿੱਟੇ ਨੂੰ ਅਨੁਭਵ ਕਰਕੇ ਕੰਬ ਗਈ ਉਹਨਾਂ ਦੀਆਂ ਸਲਾਹਾਂ ਸੌਣ ਭਾਦੋ ਦੇ ਦਰਿਆਈ ਹੜ ਨੂੰ ਰੇਤੇ ਦੇ ਬੁੱਕ ਸੁੱਟ-ਸੁੱਟ ਕੇ ਬੰਨ ਮਾਰਨ ਦੇ ਯਤਨ ਸਨ ਪਰ ਹੜ ਦੀਆਂ ਛੱਲਾਂ ਉਲਟਾ ਉਹਨਾਂ ਦੇ ਪੈਰਾਂ ਦੀ ਮਿੱਟੀ ਖਾਰ ਰਹੀਆਂ ਸਨ ਉਹਨਾਂ ਨੇ ਨਿੱਗਰਦੇ ਜਾ ਰਹੇ ਦਿਲਾਂ ਨੂੰ ਤਸੱਲੀयां ਦਿੱਤੀਆਂ ਜਿਹੜੀਆਂ ਉਹ ਦੋਵੇਂ ਸਮਝਦੇ ਸਨ ਫੋਕੀਆਂ ਤੇ ਝੂਠੀਆਂ ਤਰਮਸ਼ਾਲਾ ਵਿੱਚ ਜੰਜ ਦੀ ਕੁਰਬਲ ਕੁਰਬਲ ਚੰਨੋ ਦੇ ਘਰ ਸਾਫ ਸੁਣਾਈ ਦੇ ਰਹੀ ਸੀ ਉਦਾਸ ਸ਼ਾਮੋ ਉਹਨਾਂ ਦੇ ਘਰ ਹੀ ਸਾਮ ਬਤਾਉਣ ਲਈ ਇੱਕ ਪੀੜੀ ਤੇ ਬੈਠੀ ਸੀ ਚੰਨੋ ਦੀ ਭਾਬੀ ਉਹਦੇ ਸਾਹਮਣੇ ਕੱਦੂ چیر ਰਹੀ ਸੀ ਚੰਨੋ ਸ਼ਾਮੋ ਨੂੰ ਬਹੁਤ ਘਟਮਖੋਲ ਕਰਿਆ ਕਰਦੀ ਸੀ ਪਰ ਉਸ ਦਾ ਜੀ ਪਰਚਾਉਣ ਲਈ ਉਹਨੇ ਕਿਹਾ ਕਿਉਂ ਪ੍ਰੋਣਾ ਵੇਖਣਾ ਦੋਹਾਂ ਦੀਆਂ ਅੱਖਾਂ 'ਚ ਮਿੱਠਾ ਹਾਸਾ ਸੀ ਜਿਹੜਾ ਜੁੜੇ ਹੋਏ ਬੁੱਲਾ ਨੂੰ ਖੋਲ ਗਿਆ ਕੁਝ ਯਾਦ ਆ ਜਾਣ ਵਾਂਗੋ ਸ਼ਾਮੋ ਨੇ ਮਚਲ ਕੇ ਭਜਨੋਂ ਤੋਂ ਪੁੱਛਿਆ ਭਾਬੀ ਚੰਨੋ ਦੇ ਸਾਖ ਦੀ ਬਾਈ ਨਾਲ ਗੱਲ ਨਹੀਂ ਕੀਤੀ ਸ਼ਾਮੋ ਨੇ ਚੰਨੋਵਾਲ ਟੇਡਾ ਤੱਕਿਆ ਬੀਬੀ ਗੱਲ ਤਾਂ ਮੈਂ ਚੰਨੋ ਦੇ ਭਾਈ ਨਾਲ ਕੀਤੀ ਸੀ ਆਖਦਾ ਵੀ ਸੀ ਨਵੇਂ ਪਿੰਡ ਜਾਊਂਗਾ ਪਰ ਭਾਬੀ ਪੂਆ ਕਹਿੰਦੀ ਐ ਫਿਰ ਥਾਂ ਰੁਕ ਜਾਣਾ ਉਸ ਨੂੰ ਨਿਤ ਵੇਖਦੇ ਮੁੜਦੇ ਐ ਭਾਬੀ ਚੰਨੋ ਦਾ ਤਾਂ ਪਤਾ ਨਹੀਂ ਪਰ ਰੂਪ ਤੇ ਮੇਰੇ ਤਾਂ ਲੋੜੇ ਦਾ ਪਸੰਦ ਐ ਸ਼ਾਮੋ ਨੇ ਚੰਨੋ ਨੂੰ ਚਮਕਾਉਣ ਲਈ ਕਿਹਾ ਚੰਨੋ ਦੇ ਵੀ ਸੁਣਦਿਆਂ ਸਾਰ ਮਿਰਚਾਂ ਲੜ ਗਈਆਂ ਪਹਿਲਾਂ ਆਪਣੀਆਂ ਅੱਖਾਂ ਦਾ ਸੁਰਮਾ ਕੱਢ ਲੈ ਸੁਰਮਾ ਤਾਂ ਤੇਰੀਆਂ ਅੱਖਾਂ 'ਚ ਵੀ ਪਹਿਣਾ ਯੂ ਪਤਾ ਨਹੀਂ ਮਟਕਾ ਕੇ ਕੱਢੇਗੀ ਜਾਂ ਫਿਰ ਰੋਕੇ ਆਪਣੀਆਂ ਫਸੀਆਂ ਨਵੇੜ ਤੈਨੂੰ ਕਿਸੇ ਨਾਲ ਕੀ ਭਜਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਚੰਨੋ ਰੂਪ ਨੂੰ ਦਿਲੋਂ ਚਾਹੁੰਦੀ ਹੈ ਔਰਤ ਤੇ ਇੱਕ ਵਿਆਹੀ ਔਰਤ ਜਿਹੜੀ ਮਾਮਲੇ ਵਿੱਚ ਕੁਦਰਤੀ ਵਧੇਰੇ ਚਤੁਰ ਹੁੰਦੀ ਹੈ ਪਿਆਰ ਦੀ ਤਾਸੀਰੀ ਇੱਕ ਫੁੱਲ ਵਰਗੀ ਹੈ ਜਿਹੜਾ ਨਾ ਬੋਲਣ ਤੇ ਵੀ ਆਪਣੀ ਸੁਗੰਧੀ ਅੰਦਰ ਕੁੱਟ ਕੇ ਨਹੀਂ ਰੱਖ ਸਕਦਾ ਨਨਾਨ ਪਰਜਾਈ ਦਾ ਆਪੋਚ ਬੜਾ ਹਿੱਤ ਸੀ ਭਜਨੋ ਚਾਹੁੰਦੀ ਸੀ ਚੰਨੋ ਦੇ ਦਿਲ ਦੀ ਖਾਹਿਸ਼ ਪੂਰੀ ਕਰ ਦਿੱਤੀ ਜਾਵੇ ਉਸ ਕਰਤਾਰੇ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਜੇ ਭੂਆ ਸੰਦੀਕਰ ਚੰਗਾ ਤੇ ਐਨੀ ਜ਼ਮੀਨ ਦੱਸਦੀ ਹੈ ਤਾਂ ਚੁੱਪ ਕਰਕੇ ਭੂਆ ਨੂੰ ਰੁਪਈਆ ਫੜਾ ਦਿਓ ਮੁੰਡਾ ਤਾਂ ਦੁਸ਼ਮਨ ਦੇ ਨਿੰਦਣ ਦਾ ਨਹੀਂ ਪਰ ਕਰਤਾਰੇ ਨੇ ਆਪ ਜਾ ਕੇ ਵੇਖਣ ਦਾ ਮਨ ਬਣਾ ਲਿਆ ਸੀ ਉਸ ਨੂੰ ਸ਼ੱਕ ਕੇਵਲ ਇਸ ਗੱਲ ਦੀ ਪੈ ਗਈ ਜੇ ਸਾਖ ਚੰਗਾ ਹੁੰਦਾ ਤਾਂ ਸੰਤੀ ਆਪਣੀ ਭਤੀਜੀ ਦਾ ਸਾਖ ਕੋਲੀਏ ਨਾ ਲੈ ਜਾਂਦੀ ਫਿਰ ਉਸ ਨੇ ਆਪ ਹੀ ਸੰਜੋਗ ਤੇ ਹੋਣੀ ਟਲਿਆ ਨਹੀਂ ਟਲ ਸਕਦੇ ਇਹ ਖਿਆਲ ਕਰਕੇ ਸ਼ੱਕ ਦੀ ਵਿਰੋਧਤਾ ਵੀ ਕਰ ਦਿੱਤੀ ਸਿੰਘ ਸਭਾ ਤੇ ਕਾਲੀ ਲਹਿਰ ਦੇ ਅਸਰ ਕਪੂਰੀਆਂ ਤੱਕ ਪੈ ਚੁੱਕਾ ਸੀ ਬਾਹਰਲੇ ਗੁਰਦੁਆਰੇ ਤੇ ਇੱਕ ਨਿਰਮਲੇ ਸੰਤ ਰਹਿੰਦੇ ਸਨ ਸ਼ਾਮੋ ਦਾ ਪਿਤਾ ਉਹਨਾਂ ਦਾ ਬੜਾ ਸ਼ਰਧਾਲੂ ਸੀ ਤੇ ਉਹ ਕੱਟੜ ਸਿੱਖ ਸਨ ਕਥਾ ਤੇ ਕੀਰਤਨ ਨਾਲ ਉਹ ਸਦਾ ਸਿੱਖੀ ਪ੍ਰਚਾਰ ਕਰਦੇ ਰਹਿੰਦੇ ਸਨ ਸ਼ਾਮੋ ਦੇ ਵਿਆਹ 'ਚ ਆਨੰਦ ਤੇ ਫੇਰਿਆਂ ਦਾ ਰੋਲਾ ਪੈ ਗਿਆ ਘਰਦਿਆਂ ਤ੍ਰਿਮਤਾ ਫੇਰਿਆਂ ਲਈ ਜਿੱਦ ਕੀਤੀ ਉਹਨਾਂ ਨੂੰ ਪ੍ਰੋਹ ਤਾਂਕ ਚੁੱਕਾ ਸੀ ਤੇ ਜਜਮਾਨਣੀ ਫੇਰੇ ਤੁਹਾਡੇ ਵੱਡੇ ਵਡੇਰਿਆਂ ਦੀ ਰੀਤ ਆ ਰਹੀ ਹੈ ਵੱਡੇ ਵਡੇਰਿਆਂ ਦੀ ਆੜ ਵਿੱਚ ਪੰਡਤ ਨੇ ਆਪਣੀ ਖੁਦਗਰਜ਼ੀ ਨੂੰ ਸਿਆਣੇ ਹੇਰ ਫੇਰ ਹੇਠ ਲੁਕਾ ਲਿਆ ਸੀ ਸ਼ਾਮੋ ਦਾ ਪਿਤਾ ਆਖਦਾ ਸੀ ਅੱਗੇ ਭਾਵੇਂ ਪਿੰਡ 'ਚ ਫੇਰੇ ਹੀ ਹੁੰਦੇ ਰਹੇ ਹੁਣ ਪਰ ਉਹ ਜ਼ਰੂਰ ਆਨੰਦ ਕਰੇਗਾ ਪੁਰਾਣੇ ਲੋਕ ਤਾਂ ਮੂਰਖ ਸਨ ਉਹਨਾਂ ਨੂੰ ਹਾਲੇ ਵੀ ਗਿਆਨ ਨਹੀਂ ਕਿ ਉਸ ਦੀ ਸ਼ਾਮੋਂ ਲਈ ਉਹ ਪੁਰਾਣਾ ਹੈ ਧਰਮ ਦੀ ਧੁੱਪ ਛਾਂ ਬਿਮਾਰ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਣ ਦਿੰਦੀ ਔਰਤ ਦੀ ਮਾਨਸਿਕ ਸਥਿਤੀ ਮਰਦ ਦੀ ਲੰਮੀ ਗੁਲਾਮੀ ਕਰਕੇ ਕੁਝ ਵਧੇਰੇ ਮੱਤੀ ਗਈ ਹੈ ਇਸ ਲਈ ਮਰਦ ਦੀ ਨਵੀਂ ਗੱਲ ਨੂੰ ਵੀ ਉਸ ਦਾ ਦਿਮਾਗ ਸਹਿਜ ਸੁਭਾਅ ਨਹੀਂ ਅਪਣਾ ਸਕਦਾ ਉਸ ਦੇ ਦਿਮਾਗ ਵਿੱਚ ਗੁਲਾਮੀ ਤੇ ਅੰਧ ਵਿਸ਼ਵਾਸ ਦਾ ਤਾਣਾ ਪੈਟਾ ਇੰਨਾ ਉਲਝਿਆ ਪਿਆ ਹੈ ਕਿ ਜੀਵਨ ਵਿੱਚ ਕੋਈ ਨਵੀਂ ਚੀਜ਼ ਨਾ ਅੰਦਰੋਂ ਪੁੰਗੜ ਸਕਦੀ ਹੈ ਤੇ ਨਾ ਹੀ ਬਾਹਰੋਂ ਵੱਢ ਸਕਦੀ ਹੈ ਮਰਦ ਆਪਣੀ ਲੋੜ ਅਨੁਸਾਰ ਔਰਤ ਨੂੰ ਖਿੱਚ ਕੇ ਆਪਣੇ ਪਿੱਛੇ ਲੈ ਆਈ ਫਿਰਦਾ ਪਰ ਉਹ ਪਿੱਛੇ ਤੱਕ ਦੀ ਪਿੱਛੇ ਹੀ ਖਿਸਕਦੀ ਰਹਿੰਦੀ ਹੈ ਸ਼ਾਮੋ ਦੀ ਮਾਂ ਤੇ ਹੋਰ ਤ੍ਰਿਮਤਾ ਸੰਤਾਂ ਦੇ ਰੋਹ ਬੱਗੇ ਸਭ ਚੁੱਪ ਹੋ ਗਈਆਂ ਸੰਤਾ ਨੇ ਉਹਨਾਂ ਦੀ ਪਾਰਟੀ ਦੇ ਤਕੜਿਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੂਰਜ ਚੜਨ ਤੋਂ ਅੱਗੋਂ ਹੀ ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ ਪ੍ਰੌਣੇ ਨੂੰ ਬਾਬੇ ਦੀ ਹਜ਼ੂਰੀ ਵਿੱਚ ਸੱਜੇ ਪਾਸੇ ਬਿਠਾਇਆ ਤੇ ਕੁੜੀ ਨੂੰ ਮਾਮੇ ਨੇ ਚਾਦਰੇ ਵਿੱਚ ਲਪੇਟੀ ਨੂੰ ਚੁੱਕ ਕੇ ਖੱਬੇ ਪਾਸੇ ਬਹਾ ਦਿੱਤਾ ਸੰਤਾ ਨੇ ਸੰਖੇਪ ਉਪਦੇਸ਼ ਸ਼ੁਰੂ ਕੀਤਾ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਆਨੰਦ ਅਸਲ ਵਿੱਚ ਸਹਜ ਅਵਸਥਾ ਦਾ ਨਾਮ ਹੈ। ਇਸਤਰੀ ਪੁਰਸ਼ ਦਾ ਮੇਲ ਸਾਡੇ ਅੰਦਰੋਂ ਆਤਮਾ ਤੇ ਪਰਮਾਤਮਾ ਦੇ ਭੇਤ ਦੀ ਨਿਵਰਤੀ ਲਈ ਇੱਕ ਦਰਸਤਾਨਤ ਹੈ। ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਉਪਦੇਸ਼ਿਆ ਹੈ, "ਹੇ ਮੇਰੀ ਮਾਇਆ ਮੇਰੇ ਮਾਨਵ ਸਰੀਰ ਸਤਗੁਰ ਦੀ ਕਿਰਪਾ ਨਾਲ ਮੈਂ ਆਪੇ ਨੂੰ ਜਾਣ ਲਿਆ ਹੈ। ਮੇਰੇ ਅੰਦਰ ਸਹਜ ਜਾਗ ਪਿਆ ਹੈ ਤੇ ਮੈਂ ਆਨੰਦ ਆਨੰਦ ਹੋ ਗਿਆ ਹਾਂ।" ਇਹੀ ਆਨੰਦ ਦੀ ਰਸਮ ਜੀਵਨ ਵਿੱਚ ਅਜਿਹਾ ਮੌਕਾ ਲੈ ਕੇ ਆਉਂਦੀ ਹੈ ਜਿਹੜੀ ਜਗਿਆਸੂ ਨੂੰ ਆਪਣੇ ਅਸਲੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੀ ਚੇਤਾਵਨੀ ਦੀ ਪ੍ਰੇਰਣਾ ਕਰਾਉਂਦੀ ਹੈ ਸਿੱਖ ਧਰਮ ਦੀਆਂ ਰਸਮਾਂ ਦੀ ਬੁਨਿਆਦੀ ਵੀ ਐਨੀ ਡੂੰਗੀ ਰੱਖੀ ਗਈ ਹੈ ਬੋਲੋ ਭਾਈ ਜੀ ਵਾਹਿਗੁਰੂ ਸਾਰੀ ਸੰਗਤ ਨੇ ਵਾਹਿਗੁਰੂ ਪੁਕਾਰਿਆ ਸੰਤਾ ਨੇ ਵਿਖਿਆਨ ਜਾਰੀ ਕੀਤਾ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰह्म ਬਿਨ ਜਾਨ ਨ ਦੂਜਾ ਇਹ ਪੰਜ ਗੱਲਾਂ ਪੁਜੰਗੀ ਤੇ ਬੀਬੀ ਵਾਸਤੇ ਹੀ ਨਹੀਂ ਸਗੋਂ ਸਾਰਿਆਂ ਲਈ ਜੀਵਨ ਪਰਤਾਰਨ ਕਰਨ ਵਾਲੀਆਂ ਹਨ ਗੁਰਸਿੱਖ ਦਾ ਕਰਮ ਗੁਰਮੁਖ ਨਾਮਦਾਨ ਇਸ਼ਨਾਨ ਦੇ ਮਹਾਵਾਕ ਅਨੁਸਾਰ ਹੋਣਾ ਚਾਹੀਦਾ ਹੈ ਨਾਮ ਨਾਲ ਹਿਰਦੇ ਦੀ ਸ਼ੁੱద్ధి ਹੁੰਦੀ ਹੈ ਤੇ ਇਸ਼ਨਾਨ ਸਰੀਰ ਦੀ ਮਹਿਲ ਗਵਾ ਕੇ ਉਸ ਤੋਂ ਅਗਾਹ ਸੰਸਾਰ ਭਲੇ ਦੇ ਕੰਮ ਕਰਾਉਂਦਾ ਹੈ ਧਰਮ ਹੈ ਗੁਰੂ ਵਾਲੇ ਹੋਣਾ ਤੇ ਗੁਰੂ ਦੇ ਗਿਆਨ ਦੇ ਨਿਸ਼ਚੈ ਕਰਨਾ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਅਤੇ ਅਟੁੱਟ ਨਿਸ਼ਚਾ ਗੁਰਬਾਣੀ ਤੇ ਹੋਣਾ ਚਾਹੀਦਾ ਹੈ ਨੇਮ ਕਈ ਪ੍ਰਕਾਰ ਦੇ ਹੋ ਸਕਦੇ ਹਨ ਪਰ ਅਸਲ ਨੇਮ ਸ਼ੁਭ ਗੁਣਾਂ ਦਾ ਧਾਰਨ ਕਰਨਾ ਤੇ ਉਹ ਗੁਣਾਂ ਦਾ ਤਿਆਗ ਹੈ ਇਸ ਤਰ੍ਹਾਂ ਪੂਜਾ ਕੇਵਲ ਇੱਕ ਅਕਾਲ ਦੀ ਹੀ ਕਰਨੀ ਹੈ ਦੇਵੀ ਦੇਵਤੇ ਸਾਧੂ ਫਕੀਰ ਟੋਨੇ ਟਾਮਣ ਮੜੀ ਮਸਾਣੀ ਧਾਗੇ ਤਵੀਤ ਅਤੇ ਜਾਦੂ ਆਦਿ ਸਭ ਪਖੰਡ ਹੈ ਅਤੰਤ ਵਿਸ਼ਵਾਸ ਦੀ ਪ੍ਰੇਰਣਾ ਦੰਦੇ ਹਨ ਜਿਹੜਾ ਕਿਸੇ ਦੇ ਆਸਰੇ ਹੈ ਉਹ ਕਿਸੇ ਦੀ ਚਰਾਸੀ ਕਿਸ ਤਰ੍ਹਾਂ ਘਟ ਸਕਦਾ ਹੈ ਬੋਲੋ ਸਾਧ ਸੰਗਤ ਜੀ ਵਾਹਿਗੁਰੂ ਇਕੋ ਸਿਮਰੋ ਨਾਨਕਾ ਜਲਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ ਫਿਰ ਸਾਧ ਸੰਗਤ ਜੀ ਤੀਨ ਕੋ ਕੀਆ ਉਪਦੇਸ਼ ਜਿਨ ਗੁਰ ਨਾਨਕ ਦੇਵ ਇੰਨੇ ਸ਼ਬਦਾਂ ਨਾਲ ਹੀ ਮੈਂ ਮਾਫੀ ਮੰਗਦਾ ਹਾਂ ਇੱਕ ਤੌਲੀਆ ਜੋੜੀ ਦੇ ਹੱਥਾਂ 'ਚ ਫੜਾ ਦਿੱਤਾ ਤੇ ਲਾਵਾਂ ਦਾ ਪਾਠ ਸ਼ੁਰੂ ਹੋ ਗਿਆ ਨਾਵਾ ਪਿੱਛੋਂ ਅਨੰਦ ਸਾਹਿਬ ਸੁਨਾਇਆ ਗਿਆ ਫਿਰ ਅਰਦਾਸ ਤੇ ਵਾਕ ਲੈ ਕੇ ਭੋਗ ਪਾਇਆ ਇਸ ਤਰ੍ਹਾਂ ਅਣਵੇਖੇ ਕੁੜੀ ਮੁੰਡੇ ਦਾ ਗ੍ਰਹਿਸਤ ਦਾ ਮੁੱਢ ਬੰਨ੍ਹ ਦਿੱਤਾ ਗਿਆ ਜਿਵੇਂ ਉਹਨਾਂ ਦੇ ਵੱਡੇ ਵਡੇਰੇ ਥੋੜੇ ਬੋਤੇ ਵਿੰਗੇ ਟੇਡੇ ਕਰਦੇ ਆਏ ਹਨ ਪਿਛਲੀ ਰਾਤ ਦੀ ਰੋਟੀ ਵੇਲੇ ਕੁੜੀਆਂ ਨੇ ਸਾਡੇ ਨਵੇਂ ਸੱਜਣ ਕਰ ਆਏ ਹਮਾਰੇ ਭਾਗ ਪਲੋ ਦਾ ਮੰਗਲ ਗੀਤ ਗਾਇਆ ਸੀ ਉਸ ਪਿੱਛੋਂ ਓਲ ਜਲੂਲ ਗੀਤਾਂ ਨਾਲ ਆਪ ਵੀ ਹੱਸਦੇ ਆਂ ਤੇ ਜਾਂਝੀਆਂ ਨੂੰ ਵੀ ਹਸਾਉਂਦੀਆਂ ਰਹੀਆਂ ਸਨ ਪੰਚਾਇਤ ਦੇ ਆਦਮੀਆਂ ਨੇ ਉਹਨਾਂ ਨੂੰ ਇੱਕ ਦੋ ਵਾਰ ਤਾੜਿਆ ਪਰ ਕੋਈ ਨਾ ਕੋਈ ਉਹਨਾਂ ਚੋਂ ਆਕ ਦਿੰਦਾ ਚਲੋ ਵਿਆਹ ਏ ਕੁੜੀਆਂ ਚਿੜੀਆਂ ਦਾ ਕੰਮ ਹੀ ਹੁੰਦਾ ਗੋਣਾ ਅੱਜ ਦੁਪਹਿਰ ਦੀ ਰੋਟੀ ਪਰੋਸਦਿਆਂ ਹੀ ਇੱਕ ਕੁੜੀ ਨੇ ਜੰਝਬਨ ਦਿੱਤੀ ਇੱਕ ਗੱਭਰੂ ਥਾਲੀ ਹੱਥ ਤੇ ਰੱਖ ਕੇ ਛਡਾਉਣ ਲਈ ਉੱਠਿਆ ਬੱਸ ਸਰਦਾਰ ਜੀ ਬੈਠੋ ਤੇ ਪ੍ਰਸ਼ਾਦ ਦੇ ਛਕੋ ਇੱਕ ਵਰਤਾਵੀ ਨੇ ਆਖਿਆ ਗੱਭਰੂ ਨੇ ਉਸ ਦੀ ਪਰਵਾਹ ਕੀਤੇ ਬਿਨਾ ਬੋਲਣਾ ਸ਼ੁਰੂ ਕਰ ਦਿੱਤਾ ਸਾਰਦਾ ਮਾਤਾ ਸਿਮਰਦਾ ਕਰੋ ਸ਼ੋਰ ਨੂੰ ਬੰਦ ਰੋਟੀ ਵਰਤੌਣ ਵਾਲੇ ਨੇ ਉਸ ਨੂੰ ਬਾਹੋਂ ਫੜਾ ਕੇ ਬਹਾ ਦਿੱਤਾ ਤੇ ਰੋਟੀ ਖਾਣ ਤੋਂ ਰੁਕੀ ਜੰਝ ਨੂੰ ਬੇਨਤੀ ਕੀਤੀ ਹਰੀ ਹਰ ਕਰੋ ਸਰਦਾਰ ਜੀ ਬਰਾਤ ਰੋਟੀ ਖਾਣ ਲੱਗ ਪਈ ਤੇ ਜੰਝ छुड़ाਵੇ ਦੇ ਬਹਿ ਜਾਣ ਤੇ ਕੁੜੀਆਂ ਨੇ ਗੀਤ ਛੋਹ ਦਿੱਤਾ ਤੈਨੂੰ ਜੰਝ ਛਡਾਉਣੀ ਨਾ ਆਈ ਕੱਚਾ ਹੋ ਕੇ ਬਹਿ ਗਿਓ ਵੇ ਤੈਨੂੰ ਭੈਣ ਦੇਣੀ ਨਾ ਆਈ ਬੱਧੀ ਰੋਟੀ ਖਾ ਕੇ ਬਹਿ ਗਿਓ ਵੇ ਜੰਜ ਵਾਲੇ ਉਸ ਗੱਭਰੂ ਨੂੰ ਵੇਖਣ ਲੱਗੇ ਜਿਹੜਾ ਜੰਜ ਛਡਾਉਣ ਲਈ ਉੱਠਿਆ ਸੀ ਤੇ ਗੱਭਰੂ ਕੋਠੇ ਤੇ ਬੈਠੀਆਂ ਕੁੜੀਆਂ ਨੂੰ ਘੂਰਦੇ ਆਂਨਿਆਂ ਨਾਲ ਤੱਕਣ ਲੱਗਾ ਕੁੜੀਆਂ ਨੇ ਹੋਰ ਪੈਂਤੜਾ ਬਦਲ ਦਿੱਤਾ ਜੇ लाੜਿਆ ਤੇਰਾ ਹੋਵੇ ਕਬੀਲਾ ਬੱਦੀ ਜੰਜ ਛਡਾਵੇ ਜੰਜ ਕੌਣ ਛਡਾਵੇ ਲਾਗੀ ਦੱਬੇ ਆਏ ਜੰਜ ਕੌਣ ਛਡਾਵੇ ਬਰਾਤੀਆਂ ਤੇ ਟੋਕਰਾਂ ਲੱਗ ਰਹੀਆਂ ਸਨ ਜਿਹੜੀਆਂ ਕਿ ਉਹਨਾਂ ਦੇ ਰੋਮਾਂਚ ਵਿੱਚ ਹਿਲਜੁਲ ਛੇੜ ਰਹੀਆਂ ਸਨ ਗੀਤਾਂ ਵਿੱਚ ਲੈ ਕੋਈ ਨਹੀਂ ਸੀ ਸੁਰ ਕੋਈ ਨਹੀਂ ਸੀ ਪਰ ਫਿਰ ਵੀ ਕੱਚਾ ਉਤਸ਼ਾਹ ਸਵਾਦ ਜ਼ਿੰਦਗੀ ਦੇ ਪਿਆਸੇ ਬੁੱਲਾਂ ਤੇ ਸਵਾਂਤ ਛਿੱਟਾਂ ਬਣ ਕੇ ਵਰ ਰਿਹਾ ਸੀ ਇੱਕ ਜਜ਼ਬਾ ਉੱਭਰ ਕੇ ਬੁਢਾਪੇ ਨੂੰ ਜਵਾਨੀ ਨੂੰ ੱੱਕਾ ਮਾਰ ਜਾਂਦਾ ਚਾ ਰੋਮਾਂਚ ਤੇ ਟੁੱਟਾ ਫੁੱਟਾ ਮਲਹਾਰ ਕਮਲਿਆਂ ਦੀ ਖੁਸ਼ੀ ਚ ਬਰਸਾਤੀ ਹੜ ਜਾਪਦਾ ਸੀ ਗੀਤਾਂ ਦੀ ਬੁੱਕਲ ਖੁੱਲਦੀ ਗਈ ਲਾੜੀ ਦੀ ਭੈਣ ਪਾਣੀ ਨੂੰ ਚੱਲੀ ਲੱਕ ਪਤਲਾ ਲਹਿੰਗਾ ਭਾਰੀ ਰਹਿ ਮਸਾਫਰ ਗਿਰਦਰ ਗਿਰਤਾਰੀ ਧੁੱਪ ਦੇ ਸੇਕ ਨੇ ਕੁੜੀਆਂ ਦੀ ਸੁੰਦਰਤਾ ਨੂੰ ਮੁੜਕੇ ਵਿੱਚ ਗੋਤਾ ਦੇ ਦਿੱਤਾ ਪਰ ਉਹਨਾਂ ਦੇ ਚਾਹ ਤੇ ਉਤਸ਼ਾਹ ਸਦਾ ਸਜਰੇ ਸਨ ਇੱਕ ਕੁੜੀ ਨੇ ਲੰਮੀ heids ਨਾਲ 헤ਰਾ ਲਾ ਕੇ ਜਾਂਜੀਆਂ ਨੂੰ ਵਿਦਾਇਗੀ ਕਹੀ ਉੱਠ ਖੜੋ ਸੱਜਣੋ ਉੱਠ ਖੜੋ ਉੱਤੋਂ ਚੜ ਗਈ ਧੁੱਪ ਤੁਸੀਂ ਤਾਂ ਰੋਟੀ ਖਾ ਹਟੇ ਸਾਡੇ ਵੀਰਾਂ ਨੂੰ ਲੱਗੀ ਭੁੱਖ ਸਾਰੇ ਜਾਂਜੀ ਹੱਥ ਧੋ ਕੇ ਧਰਮਸ਼ਾਲਾ ਵੱਲ ਚਲੇ ਗਏ ਕੁਝ ਮਨ ਚਲੇ ਚੋਬਰ ਮੰਜੇ ਤੇ ਪੈਣ ਦੀ ਥਾਂ ਪਿੰਡ ਦੇਖਣ ਦੇ ਬਹਾਨੇ ਤੁਰ ਗਏ ਜਦ ਕਿਸੇ ਕੁੜੀ ਜਾਂ ਵੋਟੀ ਨੂੰ ਦੇਖਦੇ ਤਾਂ ਮੁਸਕੁਰਾ ਕੇ ਮੁੱਛਾਂ ਮਰੋੜਨੀਆਂ ਸ਼ੁਰੂ ਕਰ ਦਿੰਦੇ ਤੇ ਕਈਆਂ ਦੀਆਂ ਧੋਣਾ ਕੈਂਠਿਆਂ ਦੇ ਰੋਬ ਨਾਲ ਸਦਾ ਮੁੜਕਦੀਆਂ ਹੀ ਨਹੀਂ ਕਿਸੇ ਦਲਾਂਚ ਜੁੜਦੀਆਂ ਦੋ ਚਾਰ ਕੁੜੀਆਂ ਜਦ ਤੱਤੀਆਂ ਠੰਡੀਆਂ ਗੱਲਾਂ ਆਖ ਦਿੰਦੀਆਂ ਜਾਂ ਗਾਲਾਂ ਸੁਣਾਉਂਦੀਆਂ ਉਹਨਾਂ ਦੇ ਭੁੱਖੇ ਨਵਸਾਂ ਨੂੰ ਨੀਂਦ ਆਉਣ ਲੱਗ ਜਾਂਦੀ ਉਹ ਪੱਲ ਪੂਰੀ ਕਰਕੇ ਵਾਪਸ ਆ ਗਏ ਤੇ ਤਾਸ਼ ਦੇ ਟਾਣੀ ਰੋਲਾ ਪਾਉਣ ਲੱਗੀ ਮਰਾਸੀਆਂ ਨੇ ਸਰਦਾਰਾਂ ਦੇ ਕਲਿਆਣ ਗਾ ਕੇ ਆਪਣਾ ਰੁਪਈਆ ਖਰਾ ਕੀਤਾ ਘੋੜੀਆਂ ਤੇ ਬੋਤੇ ਵਾਲਿਆਂ ਵਿਆਹ ਵਾਲੇ ਘਰੋਂ ਦਾਣਾ ਲੈ ਕੇ ਸਵਾਰੀਆਂ ਦੀ ਸੇਵਾ ਕੀਤੀ ਸ਼ਾਮ ਹੁੰਦੀ ਨੂੰ ਸਰਾਬ ਦੀ ਤਲਕ ਬੋ ਨੇ ਧਰਮਸ਼ਾਲਾ ਨੂੰ ਮਧੋਹਸ਼ ਕਰ ਚੁਟਿਆ ਦੂਜੇ ਦਿਨ ਦੋਹਾਂ ਟੀਰਾ ਵੱਲੋਂ ਵਾਰਾ ਸੂਈ ਤੇ ਖੱਟ ਦੀਆਂ ਰਸਮਾਂ ਹੋਈਆਂ ਮੁੰਡੇ ਦੇ ਗਲ ਕੈਂਠਾ ਪਾਇਆ ਗਿਆ ਸੋਰੇ ਨੂੰ ਛਾਪ ਤੇ ਘੋੜੀ ਮੋਰੀ ਵੱਜੋ ਦਿੱਤੀ ਗਈ ਖੱਟ ਵਾਲੇ ਤਾਂ ਚਲੇ ਗਏ ਪਰ ਮੁੰਡੇ ਨੂੰ ਸਲਾਮੀ ਲਈ ਟਕਾਇਆ ਗਿਆ ਮੁੰਡੇ ਨੇ ਆਪਣੇ ਇੱਕ ਦੋਸਤ ਨੂੰ ਆਪਣੇ ਕੋਲੋਂ ਨਾ ਜਾਣ ਦਿੱਤਾ ਨਾਈ ਮੁੰਡੇ ਦੀ ਦੇਖਪਾਲ ਕਰਨ ਲਈ ਨਾਲ ਸੀ ਸੱਸ ਨੇ ਲੱਡੂ ਜਲੇਬੀਆਂ ਵਾਲੀ ਥਾਲੀ ਮੁੰਡੇ ਅੱਗੇ ਲਿਆ ਕੇ ਰੱਖੀ ਰਸਮੀ ਤੌਰ ਤੇ ਥਾਲੀ ਝੂਠੀ ਕਰਨੀ ਸੀ ਮੁੰਡੇ ਨੇ ਅੱਧੀ ਜਲੇਬੀ ਚੁੱਕ ਕੇ ਮੂੰਹ ਚ ਪਾਈ ਸੀ ਕਿ ਇੱਕ ਬੁੜੀ ਨੇ ਛੋ ਨਾਲ ਥਾਲੀ ਖਿੱਚ ਲਈ ਉਹ ਨੇੜੇ ਹੀ ਤਾੜ ਚ ਖਲੋਤੀ ਸੀ ਸਾਰੀਆਂ ਕੁੜੀਆਂ ਨੇ ਤਾੜੀ ਮਾਰਤੀ ਤੇ ਮੁੰਡਾ ਸ਼ਰਮਿੰਦਾ ਹੋ ਗਿਆ ਵੀ ਅਕਲ ਘੜਾ ਰੱਖ ਆਇਆ ਸੀ ਛੰਨੋ ਨੇ ਮਖੌਲ ਨਾਲ ਪੁੱਛਿਆ ਲਿਆਇਆ ਤਾਂ ਨਾਲ ਹੀ ਸੀ ਪਰ ਤੇਰੀਆਂ ਅੱਖਾਂ ਨੇ ਖੋਲੀ ਚੰਨ ਨੂੰ یوں ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਉਹਦੇ ਮੱਥੇ 'ਚ ਠੀਕਰ ਕੱਢ ਕੇ ਮਾਰਿਆ ਹੋਵੇ ਕੁੜੀਆਂ ਸਮਝਿਆ ਮੁੰਡਾ ਛੋਟੀ ਉਮਰ 'ਚ ਹੀ ਤਿੱਖਾ ਹੈ ਅਣੀ ਪੜਾਕੂ ਹੈ ਮਾਂ ਨੇ ਸਿਖਾ ਕੇ ਕੱਲਿਆ ਹੋਣਾ ਇੱਕ ਹੋਰ ਬੋਲੀ ਆਹੋ ਜਿਵੇਂ ਤੈਨੂੰ ਪਿਓ ਨੇ ਸਿਖਾ ਕੇ ਕੱਲਿਆ ਨਹੀਂ ਭੈਣੇ ਇਹਦੀ ਤਾਂ ਗਿੱਟਦੀ ਜੀਬ ਹੈ ਪਰੇ ਹਟੋ ਨੇ ਸਲਾਮੀ ਪਾਉਣ ਦਿਓ ਸੱਸ ਨੇ ਸਭ ਤੋਂ ਪਹਿਲਾਂ ਸਿਰ ਉੱਤੋਂ ਦੀ ਰੁਪਈਆ ਵਾਰ ਕੇ ਉਹਦੀ ਝੋਲੀ ਚ ਪਾਇਆ ਤੇ ਪਿਆਰ ਦਿੱਤਾ ਹੋਰ ਰਿਸ਼ਤੇਦਾਰनियां ਤੇ ਸ਼ਰੀਕੇ ਕਬੀਲੇ ਵਾਲਿਆਂ ਨੇ ਸਲਾਮੀ ਪਾਈ ਇੱਕ ਜਵਾਨ ਜਹੀ ਕੁੜੀ ਨੇ ਰੁਪਈਆ ਸਿਰ ਦਵਾਲੇ ਪੁਆ ਕੇ ਠੱਕ ਮੱਥੇ ਚ ਮਾਰਿਆ ਪਰੋਣਾ ਉਸ ਨੂੰ ਮਨ ਚ ਗਾਲਾਂ ਕੱਢ ਕੇ ਰਹਿ ਗਿਆ ਉਸ ਦੀਆਂ ਅੱਖਾਂ ਚ ਪਾਣੀ ਆ ਗਿਆ ਵਿਆਹੀਆਂ ਕੁੜੀਆਂ ਨੇ ਪੈਸੇ ਵਾਰੇ ਸਲਾਮੀ ਦੇ ਨਾਲ ਨਾਲ ਕੁੜੀਆਂ ਨੇ ਪਰੋਣੇ ਦੀ ਮਾਂ ਪੈਣ ਵੀ ਇੱਕ ਕਰ ਛੱਡੀ ਜਦ ਮੁੰਡਾ ਮੰਝੇ ਤੋਂ ਉੱਠਿਆ ਤਾਂ ਜੁੱਤੀ ਗੁੰਮ ਸੀ ਡੋਰ ਭੋਰੀਆਂ ਅੱਖਾਂ ਨਾਲ ਇਧਰ ਉਧਰ ਵੇਖੇ ਕਿਆਂ ਕੁੜੀਆਂ ਨੇ ਫੇਰ ਤਾੜੀ ਮਾਰਦੀ ਭੈਣ ਨੂੰ ਨਾਲ ਲਿਆਉਂਦਾ ਰਾਖੀ ਕਰਦੀ ਰਹਿੰਦੀ ਹੁਣ ਗਾਂ ਨੂੰ ਥੋੜੀ ਭੈਣ ਨੂੰ ਲਿਆਇਆ ਕਰੂੰਗਾ ਪੰਜ ਲੱਗਣਗੇ ਨਹੀਂ ਤਾਂ ਨੰਗੇ ਪੈਰੀ ਜਾ ਪੰਜ ਤੇਰਾ ਮੁੱਲ ਐ ਜੁੱਤੀ ਦਾ ਦੇਖ ਨੀ ਬਰੇੜੇ ਕਿਵੇਂ ਮੂੰਹ ਪਾਟਿਆ ਆ ਚੱਲੀ ਓਏ ਮੱਲੋ ਮੱਲੀ ਉੱਤੇ ਡਿੱਗਦੀਆਂ ਪਰੋਣੇ ਨੇ ਨਾਲ ਦਿਨੋਂ ਖਿੱਚਦਿਆਂ ਕਿਹਾ ਕੁੜੀਆਂ ਨੇ ਇੰਨੀ ਸੁਣਦਿਆਂ ਹੀ ਗਾਲਾਂ ਦੀ ਸੂੜタル ਲਈ ਤੇ ਉਹਨਾਂ ਦੀ ਮਾਂ ਭੈਣ ਦਾ ਝਾਟਾ ਖੋ ਸੁੱਟਿਆ ਪਰੋਣੇ ਨੇ ਪੈਸੇ ਨਾਲੀ ਨੂੰ ਦੇ ਕੇ ਉਹਨਾਂ ਦੇ ਹੱਕ ਵਜੋਂ ਦਿੱਤੇ ਤੇ ਰੁਪਈਏ ਜੇਬ ਚ ਫਾ ਲੈ ਜੁੱਤੀ ਕੁੜੀਆਂ ਨੇ ਦਿੱਤੀ ਨਾ ਤੇ ਉਸ ਨੂੰ ਨੰਗੇ ਪੈਰੀ ਧਰਮਸ਼ਾਲਾ ਤੱਕ ਜਾਣਾ ਪਿਆ ਉਸ ਦੇ ਨੰਗੇ ਪੈਰ ਵੇਖ ਕੇ ਗੱਬਰੂਆਂ ਜਾਂਜੀਆਂ ਨੇ ਅਣਖ ਤੇ ਹੁਸ਼ਿਆਰੀਆਂ ਨੂੰ ਦੰਦੀਆਂ ਵੱਡੀਆਂ ਬਸ ਸਾਰੇ ਘੋਲੀਏ ਦੀ ਵੱਡ ਦਿੱਤੀ ਮੈਂ ਹੁੰਦਾ ਉੱਥੇ ਪਿੱਪਲ ਪੱਤੀਆਂ ਨਾ ਤੋੜ ਸੁੱਟਦਾ ਉਹ ਐਨਾ ਤਾਂ ਕੁਝ ਨਹੀਂ ਸਰੀ ਹੋਣੀ ਸਾਰਿਆਂ ਨੇ ਆਪਣਾ ਆਪਣਾ ਰੋਲਾ ਪਾ ਦਿੱਤਾ ਨਹੀਂ ਚਾਚਾ ਉਹ ਤਾਂ ਅਸੀਂ ਬੋਲਣ ਨਹੀਂ ਦਿੱਤੀਆਂ ਮੁੰਡੇ ਨੇ ਆਪਣੇ ਛਿੱਥੇ ਪੰਨੋ ਲੁਕੋਇਆ ਦਿਨ ਢਲਦੇ ਨੂੰ ਬਰਾਤ ਤੋਰਨ ਦੀ ਤਿਆਰੀ ਹੋਣ ਲੱਗ ਪਈ ਜਾਂ ਜੀ ਆਪਣੀਆਂ ਸਵਾਰੀਆਂ ਨੂੰ ਸ਼ਿੰਗਾਰਿਆ ਤੇ ਗੱਡੀਆਂ ਵਾਲਿਆਂ ਨੇ ਆਪਣੀਆਂ ਢਿੱਲੀਆਂ ਪੱਟੀਆਂ ਕੱਸ ਲਈਆਂ ਬਲਦਾਂ ਨੂੰ ਨਿਹਾਰੀ ਚਾਰ ਕੇ ਪਾਣੀ ਪਿਆਇਆ ਤਰਖਾਣ ਵੀ ਆਪਣੀ ਗੱਡੀ ਉੱਤੇ ਕਟਾਮਾ ਵਾਲਾ ਲਾਲ ਛਾੜ ਪਾ ਕੇ ਵਿਆਹ ਵਾਲੇ ਘਰ ਅੱਗੇ ਲੈ ਆਇਆ ਕੁੜੀਆਂ ਨੇ ਸਾਰਾ ਘਰ ਤੁੰਨਿਆਂ ਪਿਆ ਸੀ ਪਰੌਣੇ ਨੇ ਸ਼ਗਨਾਂ ਦੇ ਪਤਾਸੇ ਚੰਨੋਂ ਝੋਲੀ ਚ ਪਾਏ ਤੇ ਉਹ ਪਤਾਸੇ ਪਰੌਣੇ ਦੇ ਤੋਲੀਏ ਚ ਮੋੜਦਿਆਂ ਚੰਨੋਂ ਨੇ ਆਖਿਆ ਲੈ ਆ ਤੇਰੀ ਮਾਂ ਦੇ ਇੱਕ ਪਤਾਸਾ ਚੁੱਕ ਕੇ ਚੰਨੋ ਨੇ ਪ੍ਰੋਣੇ ਦੇ ਮੂੰਹ ਨੂੰ ਲਾਇਆ ਉਸ ਮੂੰਹ 헤ਠਾ ਕਰਕੇ ਪਤਾਸਾ ਫੜਦਿਆਂ ਚੰਨੋ ਦੀ ਉਂਗਲੀ ਤੇ ਦੰਦੀ ਵੱਡੀ ਹੈ ਤੇਰੇ ਬੇਰੜੇ ਦੇ ਚੰਨੋ ਨੇ ਹਜੋਕਾ ਮਾਰ ਕੇ ਉਂਗਲੀ ਖਿੱਚ ਲਈ ਤੂੰ ਵੀ ਆਪਣੀ ਮਾਂ ਨੂੰ ਦਿਖਾਦੀ ਮੁੰਡੇ ਨੇ ਪਰੇ ਖਿਸਕਦਿਆਂ ਕਿਹਾ ਇੱਕ ਕੁੜੀ ਨੇ ਪ੍ਰੋਣੇ ਨੂੰ ੱੱਕਾ ਮਾਰਿਆ ਉਹ 나ਈ ਚ ਵੱਜ ਕੇ ਡਿੱਗਣੋਂ ਬਚ ਗਿਆ ਪਰ 나ਈ ਦੀ ਪੱਗ ਲੈ ਗਈ ਤੇ ਇੱਕ ਕੁੜੀ ਨੇ ਚੁੱਕ ਕੇ ਉਹ ਗਾਂ ਵਧਾ ਮਾਰੀ ਕੁੜੀਆਂ ਦਾ ਵਜੇ ਹੀ ਰੋਮਾਂਚ ਹਾਸੇ ਛਣਕਾਰ ਚ ਬਦਲ ਗਿਆ ਮੁੰਡੇ ਤੇ ਨਾਈ ਸ਼ਰਮ ਸ਼ਰਮਾਏ ਵਾਪਸ ਚਲੇ ਗਏ ਕੁੜੀਆਂ ਸ਼ਾਮੋਂ ਦੇ ਦਿਵਾਲੇ ਆ ਜੁੜੀਆਂ ਕੁੜੀਆਂ ਦੇ ਇੱਕ ਸ਼ਾਮੋਂ ਫਿਸ ਗਈ ਵਿਰਾਗ ਦੀਆਂ ਧਾਰਾਂ ਫੁੱਟ ਨਿਕਲੀਆਂ ਹਾਣੇ ਕੁੜੀਆਂ ਦਾ ਚਾਹ ਮਲਹਾਰਾਂ ਪ੍ਰਿਆਸ ਸਾਥ ਤਰਿੰਜਣਾ ਦੇ ਚਰਖਿਆਂ ਦੀ ਕੁਰਕਵੀ ਯਾਦ ਤੀਆਂ ਦੇ ਗੀਤ ਪਿੱਪਲ ਹੇਟ ਕਿਕਲੀਆਂ ਪਾਪਾ ਨੱਚਣ ਸੰਸੇ ਫਿਕਰਾਂ ਤੋਂ ਦੂਰ ਇਹ ਸਾਰੇ ਬੀਤੇ ਦ੍ਰਿਸ਼ ਵਲਵਲੇ ਕਈਆਂ ਫੜਫੜ ਉਸ ਦੇ ਅੰਦਰ ਵੱਢ ਰਹੇ ਸਨ ਮਾਪਿਓ ਦਾ ਵਿਛੋੜਾ ਉਸ ਘਰ ਦਾ ਵਿਛੋੜਾ ਜਿਸ ਵਿੱਚ ਉਸ ਦਾ ਬਚਪਨ ਜਵਾਨੀ ਨੂੰ ਬਾਹਾਂ ਉਲਾਰ ਕੇ ਮਿਲਿਆ ਉਹਨਾਂ ਗਲੀਆਂ ਦਾ ਵਿਛੋੜਾ ਜਿਨ੍ਹਾਂ ਵਿੱਚ ਉਸ ਦੇ ਛੋਲੇ ਪੈਰ ਪੈੜਾਂ ਕੀਤੀਆਂ ਸਭ ਤੋਂ ਵੱਧ ਤਾਂ ਉਸ ਪਿੰਡ ਦਾ ਤਰਸੇਵਾ ਜਿਸ ਉਹਦੇ ਫੜਕਦੇ ਹੁਸਨ ਨੂੰ ਦਿਆਲੇ ਦਾ ਧੜਕਵਾ ਪਿਆਰ ਲੈ ਕੇ ਦਿੱਤਾ ਉਸ ਦੀਆਂ ਪੂਬਾਂ ਨਿਕਲ ਗਈਆਂ ਕੋਈ ਉਸ ਦੇ ਅੰਗਾਂ ਨੂੰ ਤੋੜ ਰਿਹਾ ਸੀ ਉਹ ਝੰਜੋੜੀ ਜਾ ਰਹੀ ਸੀ ਉਹ ਪੇਕੇ ਮਾਹੌਲ ਨੂੰ ਜੱਫੀ ਪਾ ਕੇ ਚੰਮਣ ਜਾਣਾ ਚਾਹੁੰਦੀ ਸੀ ਪਰ ਇੱਕ ਕੁੜੀ ਸੀ ਜਿਸ ਦੀਆਂ ਬਾਹਾਂ ਵੀ ਟੁੱਟੀਆਂ ਹੁੰਦੀਆਂ ਨੇ ਸ਼ਾਮੋ ਜਦ ਚੰਨੋ ਦੇ ਗਲ ਮਿਲੀ ਉਹਦੀਆਂ ਸਿਸਕੀਆਂ ਭੱਵਾਂ 'ਚ ਬਦਲ ਗਈਆਂ ਚੰਨੋ ਵੀ ਹਟਕੋਰੇ ਲੈ ਰਹੀ ਸੀ ਉਸ ਨੂੰ ਸਖੀਆਂ ਪੈਣਾ ਵਾਂਗ ਹੀ ਪਿਆਰ ਕਰਦੀ ਸੀ ਉਹ ਅਜਹੀ ਸਹੇਲੀ ਸੀ ਜਿਸ ਕੋਲ ਉਹਦਾ ਹਾਸਾ ਤੇ ਰੋਣਾ ਆਮਾਨਤ ਸਨ ਪਿਆਰ ਦਾ ਦਰਦ ਉਹ ਚੰਨੋ ਕੋਲ ਹੀ ਪ੍ਰਗਟ ਕਰ ਸਕਦੀ ਸੀ ਦਿਵਾਲੇ ਨਾਲ ਉੱਠ ਜਾਣ ਦੀ ਵੀ ਉਹ ਚੰਨੋ ਨਾਲ ਗੱਲ ਕੀਤੀ ਸੀ ਚੰਨੋ ਨੇ ਵਰਜਿਆ ਸੀ ਨਾ ਸ਼ਾਮੋ ਇਹ ਕਾਮਨਾ ਕਰੀ ਨਿਕਲ ਕੇ ਵੀ ਚੰਦਰੇ ਲੋਕ ਉਹਨਾਂ ਨੂੰ ਜਿਹਾਉਣ ਨਹੀਂ ਦਿੰਦੇ ਸ਼ਾਮੋ ਦੀ ਆਪਣੀ ਕੋਈ رائے ਨਹੀਂ ਹੁੰਦੀ ਸੀ ਉਹ ਚੰਨੋਂ ਦੀ ਸਲਾਹ ਨਾਲ ਹੀ ਸਲਾਹ ਬਣ ਜਾਂਦੀ ਸੀ 부ਹੇ ਅੱਗੇ ਤਰਖਾਣ ਦੇ 부ਹੇ ਹੋਏ ਬਲਦ ਖਲਾਉਂਦੇ ਨਹੀਂ ਸਨ ਉਹ ਬਾਰ ਬਾਰ ਕਹਿ ਰਿਹਾ ਸੀ ਕੁੜੀ ਨੂੰ ਛੇਤੀ ਗੱਡੀ ਚ ਪਾਓ ਉਹਦੀ ਕਾਲੀ ਸ਼ਾਮੋ ਤਾਂ ਕੱਪੜ ਗਈ ਤੇ ਉਸਨੂੰ ਗੱਡੀ ਵਾਲਾ ਇੱਕ ਜੰਦੂਤ ਹੀ ਦੱਸਿਆ ਰੋਂਦੀ ਕਰ ਲੌਂਦੀ ਸ਼ਾਮੋ ਨੂੰ ਜਦੋਂ ਉਹਦੇ ਮਾਮੇ ਨੇ ਚੁੱਕ ਕੇ ਗੱਡੀ 'ਚ ਬਾਇਆ ਉਸਨੂੰ ਪਿੰਡ ਦੀ ਨੈਣ 'ਚ ਪਕਰਾਉਣ ਦਾ ਯਤਨ ਕਰ ਰਹੀ ਸੀ ਸ਼ਾਮੋ ਦੀ ਮਾਂ ਤੇ ਭੂਆ ਨੇ ਪਿਆਰ ਦਿੱਤਾ ਸ਼ਾਮੋ ਲਈ ਕਪੂਰੇ ਹਨੇਰੇ ਹੋ ਚੁੱਲੇ ਸਨ ਰੋ ਰੋ ਕੇ ਕਮਲੀ ਹੋ ਜਾਣ ਤੇ ਵੀ ਦਿਆਲਾ ਉਹਦੀ ਹਿੱਕ 'ਚ ਦਰਦ ਬਣ ਕੇ ਪਿਆ ਸੀ ਗੱਡੀ ਤੁਰ ਕੇ ਜਦੋਂ ਧਰਮਸ਼ਾਲਾ ਦੇ ਅੱਗੋਂ ਦੀ ਲੰਘਣ ਲੱਗੀ ਤਦ ਮੁੰਡੇ ਦੇ ਪਿਓ ਨੇ ਮੀਂਹ ਵਾਂਗ ਪੈਸਿਆਂ ਦੀ ਛੁੱਟ ਕੀਤੀ ਖੁੱਲੇ ਥਾਂ 'ਚ ਚੂੜੇ 'ਚ ਮਾਰ ਤੇ ਕਮੀਨ ਔਰਤਾਂ ਬਾਲ ਤੇ ਗੱਭਰੂ ਪੈਸੇ ਚੁਗ ਰਹੇ ਸਨ ਮੁੰਡੇ ਦੇ ਪਿਓ ਨੇ ਪਿੰਡ ਦੀ ਪੰਚਾਇਤ ਦੇ ਹਟਾਉਂਦਿਆਂ ਹਟਾਉਂਦਿਆਂ ਵੀ 5-6 ਮੁਠੀਆਂ ਛੁੱਟ ਦਿੱਤੀ ਪਿੰਡ ਦੀ ਪੰਚਾਇਤ ਬਾਹਰ ਛੱਪੜ ਤੱਕ ਵਿਦਾ ਕਰਨ ਆਈ ਦੋਹਾਂ ਧਿਰਾਂ ਨੇ ਭੁੱਲ ਚੁੱਕ ਕੇ ਮਾਫੀ ਮੰਗੀ ਤੇ ਮੁੜ ਕੇ ਫਤਿਹ ਬੁਲਾਈ ਕੰਡਿਆਲੇ ਚੰਬੜ ਦੀਆਂ ਘੋੜੀਆਂ ਤਿੱਖੀਆਂ ਹੋ ਤੁਰੀਆਂ ਗੱਡੀਆਂ ਦੇ ਪਹੀਏ ਰੇਤੇ 'ਚ ਤਸਦੇ ਅੱਗੇ ਵਧ ਰਹੇ ਸਨ ਵਰਾਤ ਵਾਪਸ ਜਾ ਰਹੀ ਸੀ ਪਹਿੇ ਤੋਂ ਤਿੰਨ ਚਾਰ ਖੇਤਾਂ ਦੇ ਵਿੱਤ ਤੇ ਦਿਲਾ ਟਾਲੀ ਦੀ ਛਿਦਰੀ ਛਾਂ ਹੇਠ ਬੈਠਾ ਸਭ ਕੁਝ ਦੇਖ ਰਿਹਾ ਸੀ ਉਸ ਦੇ ਸੱਜੇ ਪਾਸਿਓਂ ਇੱਕ ਸ਼ਿਕਾਰੀ ਇੱਕ ਹਰਨੀ ਨੂੰ ਘੇਰੀ ਆ ਰਹੇ ਸਨ ਹਰਨੀ ਅਸਲੋਂ ਹਾਰੀ ਹੰਬੀ ਪਈ ਸੀ ਦਿਆਲੇ ਨੂੰ ਬੁਝਦਲ ਤੇ ਬੇਵਫਾ ਤੇ ਸ਼ਾਮਾਂ ਉੱਤੇ ਗੁੱਸਾ ਆ ਰਿਹਾ ਸੀ ਪਰ ਉਸ ਨੂੰ ਪਤਾ ਨਹੀਂ ਸੀ ਮੁੰਡੇ ਨਾਲੋਂ ਕੁੜੀ ਹੋ ਕੇ ਜਿਉਣਾ ਹੋਰ ਵੀ ਕਿੰਨਾ ਔਖਾ ਹੈ ਉਹ ਆਪਣੇ ਆਪ ਤੇ ਚੁਰਦਾ ਤੇ ਲਾਨ ਤਾਂ ਪਾਉਂਦਾ ਰਿਹਾ ਉਸ ਦੇ ਕੋਲ ਹੀ ਇੱਕ ਬੁੱਢੀ ਬੱਕਰੀ ਨਰਮ-ਨਰਮ ਲਗਰਾਂ ਨੂੰ ਸੂਤ-ਸੂਤ ਟੁੰਡ-ਮੁੰਡ ਕਰ ਰਹੀ ਸੀ ਜੋਰ ਨਾ ਕੁੜੀ ਦਾ ਕੋਈ ਰੋਂਦੀ ਨੂੰ ਤੋੜ ਦੇਣਗੇ ਇਸ ਭਾਗ ਚੈਨ ਨਹੀਂ ਮਿਲਦੇ ਅਗਲੇ 파ਟ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟੀਲ ਦੈਨ ਟੇਕ ਕੇਅਰ